ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ, ਭਾਈਚਾਰਕ ਸਾਂਝ ਆ ਪੰਜਾਬ ਦੇ ਵਿੱਚ। ਜਿਹੜਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਮੇਰੀ ਗੱਲ ਨਹੀਂ ਚੰਗੀ ਲੱਗਦੀ, ਤੁਸੀਂ ਮੇਰੇ 'ਤੇ FIR ਕਰਾਓ। ਆਖਿਰ ਸ਼ਿਵ ਸੈਨਾ ਹੈ ਕਿੰਨੀ ਆ? ਕਈ ਦੂਸਰੇ ਪੰਨੋਂ ਵੀ ਜਿੱਦਾਂ ਸੋਸ਼ਲ ਮੀਡੀਆ 'ਤੇ ਸਾਡੇ ਦੇਵੀ ਦੇਵਤਿਆਂ ਦੀ ਜਿਹੜੀ ਆ ਗਲਤ ਪ੍ਰਚਾਰ, ਦੁਰਪ੍ਰਚਾਰ ਦੇਵੀ ਦੇਵਤਿਆਂ ਬਾਰੇ ਕਰ ਰਹੇ ਆ, ਭਗਵਾਨ ਸ਼ਿਵ ਬੋਲੇ ਬਾਰੇ ਕਿ ਉੱਥੇ ਦੁੱਧ ਕਿਉਂ ਚੜ੍ਹਾਉਂਦੇ ਹੋ, ਅਸੀਂ ਤਾਂ ਕਿਸੇ ਨੂੰ ਕਿਹਾ ਹੀ ਨਹੀਂ। ਸਮਾਜ ਦਾ ਕੰਮ ਘੱਟ, ਭੜਕਾਊ ਬਿਆਨ ਜ਼ਿਆਦਾ, ਮੈਂ ਉਹਦੀ ਨਿੰਦਾ ਕਰਦਾ। ਮੈਂ ਕਹਿੰਦਾ ਕਿ ਜੇ ਭੜਕਾਊ ਬਿਆਨ ਕੋਈ ਦਿੰਦਾ ਉਹਦੇ ਖਿਲਾਫ਼ ਪਰਚਾ ਦਰਜ ਕਰਾਓ, ਉਹਦੇ ਖਿਲਾਫ਼ ਰਜਿਸਟ੍ਰੇਸ਼ਨ ਲੜ ਕੇ ਉਹਨੂੰ ਅੰਦਰ ਕਰਾਓ। ਕੋਰਟਾਂ ਖੁੱਲ੍ਹਾ ਹੋਣ ਦੇ, ਸੁਪਰੀਮ ਕੋਰਟ ਆ, ਹਾਈ ਕੋਰਟ ਆ, ਸੈਸ਼ਨ ਕੋਰਟ ਆ, ਉੱਥੇ ਜਾਣ ਦੀ ਬਜਾਏ ਤੁਸੀਂ ਆਪ ਹੀ ਵੱਢ ਟੁੱਕ ਕਰਨ ਲੱਗ ਪਓ, ਆਪ ਹੀ ਗੋਲੀਆਂ ਮਾਰ ਕੇ ਬੰਦੇ ਮਾਰਨ ਲੱਗ ਪਓ। ਇਹ ਕਿਤੇ ਨਾ ਕਿਤੇ ਪੰਜਾਬ 'ਚ ਸਵਾਲੀਆ ਨਿਸ਼ਾਨ। ਨਫ਼ਰਤ ਦੀ ਰਾਜਨੀਤੀ, ਨਫ਼ਰਤ ਫੈਲਾਉਣ ਲਈ ਇੱਕ ਪ੍ਰਿਤਪਾਲ ਸਿੰਘ ਆ ਕੋਈ ਢਾਡੀ ਜੱਥੇ ਦਾ, ਚਲੋ ਢਾਡੀ ਜੱਥਾ ਗਾਉਂਦਾ ਰੱਬ ਦਾ ਨਾਂ ਲੈਂਦਾ ਵਾ, ਵਾਹਿਗੁਰੂ ਦਾ ਨਾਂ ਲੈਂਦਾ, ਉਹਦੇ ਵੱਲੋਂ 15 ਮਿੰਟਾਂ ਬਾਅਦ ਇੱਕ ਜਾਗੋ ਬਣਾਈ ਗਈ ਕਿ ਜਾਗੋ ਆਈ ਆ ਲੁਧਿਆਣੇ 'ਚ ਆ ਕੇ ਸ਼ਿਵ ਸੈਨਾ ਦੀ ਸਫਾਈ ਕੀਤੀ। ਤੁਸੀਂ ਕਿਰਪਾਨਾ ਲੈ ਕੇ ਸ਼ਰੇ ਬਾਜ਼ਾਰ ਦੇ ਵਿੱਚ ਵੱਢ ਦੇਣਾ ਅਤੇ ਗਨਮੈਨ ਵੱਲੋਂ ਗੋਲੀ ਫਾਇਰ ਨਾ ਕਰਨਾ, ਹਵਾਈ ਫਾਇਰ ਤੱਕ ਨਾ ਕਰਨਾ, ਇਹ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਗਨਮੈਨ ਦੇ ਉੱਤੇ ਵੀ ਸਵਾਲੀਆ ਨਿਸ਼ਾਨ। ਸ਼ਿਵ ਸੈਨਾ ਤਾਂ ਭੜਕਾਊ ਭਾਸ਼ਣ ਦਿੰਦੀ ਕੋਈ ਨਹੀਂ, ਤੁਸੀਂ ਮੇਰਾ ਭੜਕਾਊ ਭਾਸ਼ਣ ਕੱਢ ਕੇ ਦੱਸੋ ਇੱਕ ਵੀ ਕਿ ਮੈਂ ਕਿਹਦੀ ਭੜਕਾਊ ਭਾਸ਼ਣ ਦਿੱਤਾ। ਹਮੇਸ਼ਾ ਸਾਡੇ ਲੋਕਾਂ 'ਤੇ ਹਮਲੇ ਹੋ ਰਹੇ ਆ, ਇਹ ਦੇਖੋ ਪਹਿਲੀ ਗੱਲ ਇਹ ਕਾਂਗਰਸ ਦਾ ਜਿਹੜਾ ਉੱਥੋਂ ਦਾ ਮੇਨ ਸਾਂਸਦ ਸੀ ਰਾਜਾ ਵੜਿੰਗ, ਉਹ ਇੱਕ ਵਾਰ ਹਾਲ ਚਾਲ ਜਾਣਨ ਲਈ ਨਹੀਂ ਪਹੁੰਚਿਆ। ਪੰਜਾਬ ਦੇ ਵਿੱਚ ਕਿੰਨੀਆਂ ਸ਼ਿਵ ਸੈਨਾ ਨੇ ਅਤੇ ਪੰਜਾਬ ਦੇ ਵਿੱਚ ਸ਼ਿਵ ਸੈਨਾ 'ਤੇ ਹੀ ਕਿਉਂ ਅਟੈਕ ਹੁੰਦੇ ਨੇ? ਪੰਜਾਬ ਦਾ ਮਾਹੌਲ ਸ਼ਿਵ ਸੈਨਾ ਕਾਰਨ ਹੀ ਕਿਉਂ ਖਰਾਬ ਹੁੰਦਾ ਹੈ? ਇਹ ਮਸਲੇ ਅਤੇ ਹੋਰ ਕਈ ਹਿੰਦੂ ਸੰਗਠਨਾਂ ਦੇ ਮਸਲੇ 'ਤੇ ਗੱਲ ਕਰਾਂਗੇ ਸ਼ਿਵ ਸੈਨਾ ਬਾਲ ਠਾਕਰੇ ਦੇ ਯੂਥ ਵਿੰਗ ਦੇ ਪੰਜਾਬ ਦੇ ਇੰਚਾਰਜ ਹਣੀ ਮਹਾਜਨ ਹੋਰਾਂ ਨਾਲ। ਜਾਣਾਂਗੇ ਕਿ ਆਖਿਰ ਸ਼ਿਵ ਸੈਨਾ 'ਤੇ ਹੀ ਕਿਉਂ ਅਟੈਕ ਹੁੰਦੇ ਨੇ, ਜਾਂ ਸ਼ਿਵ ਸੈਨਾ ਕਿਉਂ ਐਸੇ ਕੰਮ ਕਰਦੀ ਹੈ ਜਿਹਦੇ ਕਰਕੇ ਉਹਨਾਂ ਨੂੰ ਫਿਰ ਜੋ ਹੈ ਉਹ ਇਸ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਹਣੀ ਤੁਹਾਡਾ ਸਵਾਗਤ ਹੈ ਔਨਅਰ 'ਤੇ। ਬਹੁਤ ਬਹੁਤ ਧੰਨਵਾਦ ਤੁਹਾਡੇ ਔਨਅਰ ਦਰਸ਼ਕਾਂ ਦਾ ਜਿਹੜੇ ਵੇਖ ਰਹੇ ਨੇ। ਅਤੇ ਕੀ ਹਾਲਾਤ ਨੇ, ਕਿਉਂ ਵਾਰ ਵਾਰ ਐਸੇ ਹਾਲਾਤ ਬਣਦੇ ਨੇ ਕਿ ਸ਼ਿਵ ਸੈਨਾ ਹੀ ਕਿਉਂ ਟਾਰਗੇਟ ਹੋ ਜਾਂਦੀ? ਪਹਿਲੀ ਗੱਲ ਤਾਂ ਮੈਂ ਤੁਹਾਡੇ ਚੈਨਲ 'ਤੇ ਇੱਕ ਗੱਲ ਦਾ ਪਹਿਲਾਂ ਇਹ ਕਲੀਅਰ ਕਰਾਂਗਾ ਕਿ ਸ਼ਿਵ ਸੈਨਾ ਜੇ ਤੁਹਾਡੇ ਚੈਨਲ ਰਾਹੀਂ ਮੈਨੂੰ ਮੇਰੀ ਗੱਲ ਕਿਸੇ ਨੂੰ ਚੰਗੀ ਨਹੀਂ ਲੱਗਦੀ ਉਹ ਮੇਰੇ 'ਤੇ ਜਾ ਕੇ ਪੁਲਿਸ ਕੋਲ FIR ਕਰਾ ਸਕਦਾ ਕਿ ਇਹਨੇ ਭੜਕਾਊ ਬਿਆਨ ਦਿੱਤਾ, ਪੁਲਿਸ ਆਪਣੀ ਕਾਰਵਾਈ ਕਰ ਸਕਦੀ ਹੈ। ਇਹ ਅਖਤਿਆਰ ਕਿਹਨੇ ਦਿੱਤੇ ਕਿ ਤੁਸੀਂ ਆਪ ਸਜਾਵਾਂ ਪੰਜਾਬ ਦੇ ਵਿੱਚ ਕਿਰਪਾਨਾਂ ਗੋਲੀਆਂ ਨਾਲ ਦੇਣ ਲੱਗ ਪਓ? ਕੀ ਇਹ ਤਾਲੀਬਾਨ 'ਤੇ ਨਹੀਂ ਹੈ ਪੰਜਾਬ? ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ, ਭਾਈਚਾਰਕ ਸਾਂਝ ਆ ਪੰਜਾਬ ਦੇ ਵਿੱਚ। ਜਿਹੜਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਮੇਰੀ ਗੱਲ ਨਹੀਂ ਚੰਗੀ ਲੱਗਦੀ, ਤੁਸੀਂ ਮੇਰੇ 'ਤੇ FIR ਕਰਾਓ, ਮੇਰੇ 'ਤੇ ਐਪਲੀਕੇਸ਼ਨ ਦਿਉ, ਪਰ ਇਹ ਸਜਾਵਾਂ ਜਿਹੜੀਆਂ ਆਪ ਦੇਣ ਲੱਗ ਪਿਆ ਇਹਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਰਿਹਾ। ਆਖਿਰ ਸ਼ਿਵ ਸੈਨਾ ਹੈ ਕਿੰਨੀ ਆ? ਦੇਖੋ ਵੱਖ ਵੱਖ ਸੰਗਠਨ ਆ, ਸਾਰੇ ਇੱਕੋ ਹੀ ਕੰਮ ਕਰ ਰਹੇ ਆ। ਕਈ ਸਾਡੇ 'ਚ ਵੀ ਲੋਕ ਇਹੋ ਜਿਹੇ ਨੇ ਜਿਹੜੇ ਭੜਕਾਊ ਭਾਸ਼ਣ ਦਿੰਦੇ ਨੇ, ਕਈ ਦੂਸਰੇ ਪੰਨੋਂ ਵੀ ਜਿੱਦਾਂ ਸੋਸ਼ਲ ਮੀਡੀਆ 'ਤੇ ਸਾਡੇ ਦੇਵੀ ਦੇਵਤਿਆਂ ਦੀ ਜਿਹੜੀ ਆ ਗਲਤ ਪ੍ਰਚਾਰ, ਦੁਰਪ੍ਰਚਾਰ ਦੇਵੀ ਦੇਵਤਿਆਂ ਬਾਰੇ ਕਰ ਰਹੇ ਆ, ਭਗਵਾਨ ਸ਼ਿਵ ਬੋਲੇ ਬਾਰੇ ਕਿ ਉੱਥੇ ਦੁੱਧ ਕਿਉਂ ਚੜ੍ਹਾਉਂਦੇ ਹੋ। ਅਸੀਂ ਤਾਂ ਕਿਸੇ ਨੂੰ ਕਿਹਾ ਹੀ ਨਹੀਂ, ਅਸੀਂ ਚੜ੍ਹਾਉਂਦੇ, ਸਾਡੀ ਆਸਥਾ ਜੁੜੀ ਆ ਭਗਵਾਨ ਸ਼ਿਵ ਨਾਲ। ਇਸ ਤਰ੍ਹਾਂ ਸਾਡੇ 'ਚ ਵੀ ਲੋਕ ਹੈਗੇ ਆ ਜਿਹੜੇ ਸਮਾਜ ਦੇ ਸਮਾਜ ਦਾ ਕੰਮ ਘੱਟ, ਭੜਕਾਊ ਬਿਆਨ ਜ਼ਿਆਦਾ, ਮੈਂ ਉਹਦੀ ਨਿੰਦਾ ਕਰਦਾ। ਮੈਂ ਕਹਿੰਦਾ ਕਿ ਜੇ ਭੜਕਾਊ ਬਿਆਨ ਕੋਈ ਦਿੰਦਾ ਉਹਦੇ ਖਿਲਾਫ਼ ਪਰਚਾ ਦਰਜ ਕਰਾਓ, ਉਹਦੇ ਖਿਲਾਫ਼ ਰਜਿਸਟ੍ਰੇਸ਼ਨ ਲੜ ਕੇ ਉਹਨੂੰ ਅੰਦਰ ਕਰਾਓ, ਨਾ ਕਿ ਤੁਸੀਂ ਉਹਦਾ ਜਵਾਬ
ਕੋਰਟਾਂ ਖੁੱਲ੍ਹਾ ਹੋਣ ਦੇ, ਸੁਪਰੀਮ ਕੋਰਟ ਆ, ਹਾਈ ਕੋਰਟ ਆ, ਸੈਸ਼ਨ ਕੋਰਟ ਆ, ਉੱਥੇ ਜਾਣ ਦੀ ਬਜਾਏ ਤੁਸੀਂ ਆਪ ਹੀ ਵੱਢ ਟੁੱਕ ਕਰਨ ਲੱਗ ਪਓ, ਆਪ ਹੀ ਗੋਲੀਆਂ ਮਾਰ ਕੇ ਬੰਦੇ ਮਾਰਨ ਲੱਗ ਪਓ, ਇਹ ਕਿਤੇ ਨਾ ਕਿਤੇ ਪੰਜਾਬ 'ਚ ਸਵਾਲੀਆ ਨਿਸ਼ਾਨ। ਕਿੰਨੇ ਕਰੋੜ ਕੇਸ ਜਿਹੜੇ ਆ ਅੱਜ ਵੀ ਅਦਾਲਤਾਂ 'ਚ ਨੇ, ਉਹਨਾਂ ਦਾ ਮਸਲਾ ਨਹੀਂ ਹੱਲ ਹੋਇਆ, ਤਾਂ ਫਿਰ ਉਹ ਹੀ ਗੱਲ ਹੋ ਗਈ ਵੀ ਜੋ ਮਰਜ਼ੀ ਕਹਿ ਲਓ, ਅਤੇ ਉਸ ਤੋਂ ਬਾਅਦ ਫਿਰ ਕੋਰਟ 'ਚ ਪਰਚਾ। ਫਿਰ ਤੁਹਾਡੇ ਕਹਿਣ ਦਾ ਮਤਲਬ ਮੈਨੂੰ ਲੱਗਦਾ ਕਿ ਫਿਰ ਆਪ ਸਜ਼ਾਵਾਂ ਦੇਣੀਆਂ ਚਾਹੀਦੀਆਂ ਪੰਜਾਬ 'ਚ। ਅਸੀਂ ਇਹ ਗੱਲ ਨਹੀਂ ਕਹਿੰਦੇ, ਅਸੀਂ ਕਹਿੰਦੇ ਵੀ ਭੜਕਾਊ ਭਾਸ਼ਣ ਦੇਣੇ ਕਿਉਂ? ਜਿਹੜਾ ਦਿੰਦਾ ਹੈ, ਦੇਖੋ ਇਕੱਲਾ ਸਾਡੇ ਵੱਲੋਂ ਨਹੀਂ ਦਿੰਦੇ, ਪਰਲੇ ਪੰਨੋਂ ਵੀ ਦੇ ਰਹੇ ਨੇ। ਦੇਖੋ ਸੰਦੀਪ ਥਾਪਰ ਗੋਰੇ 'ਤੇ ਹਮਲਾ ਹੋਇਆ, ਉਹਦੀ ਹਰ ਬੰਦੇ ਨੇ ਨਿੰਦਾ ਕੀਤੀ ਕਿ ਮਾੜਾ ਹੋਇਆ। ਜੇ ਤੁਹਾਨੂੰ ਕੋਈ ਉਹਦਾ ਬਿਆਨ ਨਹੀਂ ਚੰਗਾ ਲੱਗਾ, ਤੁਸੀਂ ਪੁਲਿਸ ਕੋਲ ਜਾਓ, ਤੁਸੀਂ ਨਿਹੰਗ ਸਿੰਘ ਦੇ ਬਾਣੇ 'ਤੇ ਆ ਕੇ ਪਾ ਕੇ ਉਹਦੇ 'ਤੇ ਹਮਲਾ ਕਰਤਾ। ਫਿਰ ਦੇਖੋ ਨਫ਼ਰਤ ਦੀ ਰਾਜਨੀਤੀ, ਨਫ਼ਰਤ ਫੈਲਾਉਣ ਲਈ ਇੱਕ ਪ੍ਰਿਤਪਾਲ ਸਿੰਘ ਆ ਕੋਈ ਢਾਡੀ ਜੱਥੇ ਦਾ, ਚਲੋ ਢਾਡੀ ਜੱਥਾ ਗਾਉਂਦਾ ਰੱਬ ਦਾ ਨਾਂ ਲੈਂਦਾ ਵਾ, ਵਾਹਿਗੁਰੂ ਦਾ ਨਾਂ ਲੈਂਦਾ, ਉਹਦੇ ਵੱਲੋਂ 15 ਮਿੰਟਾਂ ਬਾਅਦ ਇੱਕ ਜਾਗੋ ਬਣਾਈ ਗਈ ਕਿ ਜਾਗੋ ਆਈ ਆ ਲੁਧਿਆਣੇ 'ਚ ਆ ਕੇ ਸ਼ਿਵ ਸੈਨਾ ਦੀ ਸਫਾਈ ਕੀਤੀ ਹੈ। ਇਹ ਜਾਗੋ ਦੇ ਵਿੱਚ ਬਹੁਤ ਗਲਤ ਗੱਲਾਂ ਕੀਤੀਆਂ, ਕੀ ਇਹ ਸਹੀ ਹੈ? ਕੀ ਇਹਦੀ ਕੰਪਲੇਂਟ ਕੀਤੀ ਫਿਰ ਪੁਲਿਸ ਨੂੰ? ਹਾਂ ਬਿਲਕੁਲ, ਲੁਧਿਆਣੇ ਦੇ ਵਿੱਚ ਸਾਡੀ ਉਦੋਂ ਬੜੀ ਵੱਡੀ ਮੀਟਿੰਗ ਪੂਰੇ ਪੰਜਾਬ ਦੇ ਸੰਗਠਨਾਂ ਦੀ ਹੋਈ, ਜਿਹਦੇ ਵਿੱਚ ਹਰ ਸ਼ਿਵ ਸੈਨਿਕ, ਹਰ ਬਜਰੰਗ ਦਲ ਦੇ ਲੋਕ, ਹਰ BJP ਦੇ ਕਾਰਜਕਰਤਾ ਵੀ ਸੀ। ਉਹਦੇ ਵਿੱਚ ਬੜੇ ਫੈਸਲੇ ਲਏ, ਉਹਦੀ ਇੱਕ ਐਪਲੀਕੇਸ਼ਨ ਵੀ ਦਿੱਤੀ ਆ, ਹਿੰਦੂ ਬੋਰਡ, ਹਿੰਦੂ ਦਾ ਜਿਹੜਾ ਹਿੰਦੂਆਂ ਦਾ ਬੋਰਡ ਆ ਉਹਦੇ ਗਠਨ ਦੀ ਗੱਲ ਕੀਤੀ ਹੈ, ਤਰਸ਼ੂਲ ਧਾਰਨ ਦੀ ਗੱਲ ਕੀਤੀ ਹੈ ਕਿ ਸਾਨੂੰ ਤਰਸ਼ੂਲ ਧਾਰਨ ਕੀਤਾ ਜਾਏ ਸਾਡਾ ਵੀ। ਅਤੇ ਮਤਲਬ ਆਪਾਂ ਇਹ ਗੱਲ ਸੋਚੀਏ ਕਿ ਜੇ ਮੰਨ ਲਓ, ਮੈਂ ਦੁਬਾਰਾ ਕਹਿ ਰਿਹਾ, ਤੁਹਾਨੂੰ ਗੋਰੇ ਥਾਪਰ ਦੀ ਗੱਲ ਨਹੀਂ ਚੰਗੀ ਲੱਗੀ ਕੋਈ, ਤਾਂ ਤੁਸੀਂ ਉਹਦੇ ਖਿਲਾਫ਼ FIR ਕਰਾਓ ਨਾ, ਤੁਸੀਂ ਇਹ ਕਿਰਪਾਨਾ ਲੈ ਕੇ ਸ਼ਰੇ ਬਾਜ਼ਾਰ ਦੇ ਵਿੱਚ ਵੱਢ ਦੇਣਾ, ਅਤੇ ਗਨਮੈਨ ਵੱਲੋਂ ਗੋਲੀ ਫਾਇਰ ਨਾ ਕਰਨਾ, ਹਵਾਈ ਫਾਇਰ ਤੱਕ ਨਾ ਕਰਨਾ, ਇਹ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਗਨਮੈਨ ਦੇ ਉੱਤੇ ਵੀ ਸਵਾਲੀਆ ਨਿਸ਼ਾਨ। ਤਰੀਕੇ ਨਾਲ ਪੰਜਾਬ 'ਚ ਭਾਈਚਾਰਕ ਸਾਂਝ ਦੀ ਤੁਸੀਂ ਗੱਲ ਕਰਦੇ ਹੋ, ਬੜੀ ਦੁਨੀਆ ਰਹਿੰਦੀ, 3 ਕਰੋੜ ਲੋਕ ਰਹਿੰਦੇ ਆ, ਚੰਦ ਲੋਕ ਸ਼ਿਵ ਸੈਨਾ 'ਤੇ ਹੀ ਕਿਉਂ ਇਹ ਗੱਲ ਆਉਂਦੀ ਹੈ ਕਿ ਭੜਕਾਊ ਭਾਸ਼ਣ ਦੀ? ਬਾਕੀ ਵੀ ਲੋਕ ਨੇ 3 ਕਰੋੜ ਦੇ ਆਸ ਪਾਸ ਲੋਕ ਨੇ, ਉਹ ਵੀ ਤਾਂ ਭਾਈਚਾਰਕ ਸਾਂਝ ਨਾਲ ਰਹਿੰਦੇ। ਸ਼ਿਵ ਸੈਨਾ ਤਾਂ ਭੜਕਾਊ ਭਾਸ਼ਣ ਦਿੰਦੀ ਕੋਈ ਨਹੀਂ, ਤੁਸੀਂ ਮੇਰਾ ਭੜਕਾਊ ਭਾਸ਼ਣ ਕੱਢ ਕੇ ਦੱਸੋ ਇੱਕ ਵੀ ਕਿ ਮੈਂ ਕਿਹਦੀ ਭੜਕਾਊ ਭਾਸ਼ਣ ਦਿੱਤਾ, ਮੇਰੇ ਪਾਰਟੀ ਦੇ ਪ੍ਰਧਾਨ ਜੋਗਰਾਜ ਸ਼ਰਮਾ ਦਾ ਕੱਢ ਕੇ ਦੱਸੋ, ਅਸੀਂ ਭੜਕਾਊ ਬਿਆਨ ਨਹੀਂ ਦਿੰਦੇ। ਪਰ ਇਹ ਵੇਖੋ ਨਾ ਕਿ ਜਿਹੜੇ ਜਾਗੋਆਂ ਬਣਾ ਬਣਾ ਕੇ ਹਿੰਦੂਆਂ ਪ੍ਰਤੀ ਕਹਿ ਰਹੇ ਕਿ ਤੁਹਾਡੀਆਂ ਜਿਹੜੀਆਂ ਕੁੜੀਆਂ ਸੀ, ਤੁਹਾਡੀਆਂ ਜਨਾਨੀਆਂ ਗਜਨੀ ਦੇ ਬਾਜ਼ਾਰ 'ਚੋਂ ਬਚਾਈਆਂ, ਕਿਆ ਉਹ ਸਹੀ ਹੈ? ਕਿਆ ਪੁਲਿਸ ਉੱਤੇ ਕਾਰਵਾਈ ਨਹੀਂ ਕਰਦੀ? ਕਿਸੇ ਹਿੰਦੂ ਨੇ ਵੀ ਕਿਸੇ ਨੂੰ ਟਾਰਗੇਟ ਕੀਤਾ? ਕਦੀ ਟਾਰਗੇਟ ਕਿਲਿੰਗ ਕੀਤੀ? ਕਿਸੇ 'ਤੇ ਹਮਲਾ ਕੀਤਾ? ਹਮੇਸ਼ਾ ਸਾਡੇ ਲੋਕਾਂ 'ਤੇ ਹਮਲੇ ਹੋ ਰਹੇ ਆ। ਇਹ ਦੇਖੋ ਪਹਿਲੀ ਗੱਲ, ਇਹ ਕਾਂਗਰਸ ਦਾ ਜਿਹੜਾ ਉੱਥੋਂ ਦਾ ਮੇਨ ਸਾਂਸਦ ਸੀ ਰਾਜਾ ਵੜਿੰਗ, ਉਹ ਇੱਕ ਵਾਰ ਹਾਲ ਚਾਲ ਜਾਣਨ ਲਈ ਨਹੀਂ ਪਹੁੰਚਿਆ। ਸੁਨੀਲ ਜਾਖੜ ਆਏ ਨੇ BJP ਤੋਂ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਰਾਜੇਪਾਲ ਆਏ, ਉਹਨਾਂ ਨੂੰ ਉੱਥੋਂ ਤੱਕ ਜਾਣ ਨਹੀਂ ਦਿੱਤਾ। ਪੰਜਾਬ ਦੇ ਰਾਜੇਪਾਲ ਸਪੈਸ਼ਲ ਆਏ ਉੱਥੇ ਸਰਕਟਾਂ 'ਚ ਉਹਨਾਂ ਦਾ ਹਾਲ ਚਾਲ ਜਾਣਨ ਲਈ। ਲੇਕਿਨ ਦੇਖੋ ਤੁਸੀਂ ਇੱਕ, ਮੈਂ ਕਹਿੰਦਾ ਇੱਕ ਸਮੁਦਾਇ ਨੂੰ ਖੁਸ਼ ਕਰਨ ਲਈ ਇਹ ਕੰਮ ਨਹੀਂ ਕੀਤਾ ਜਾਣਾ ਚਾਹੀਦਾ। ਹਰ ਇੱਕ ਨੂੰ ਸਮਾਜ ਆਏ, ਸਾਡੀਆਂ ਰਿਸ਼ਤੇਦਾਰੀਆਂ ਸਿੱਖ ਪਰਿਵਾਰਾਂ 'ਚ, ਸਾਡੇ ਭਰਾ ਨੇ ਸਾਰੇ, ਅਸੀਂ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ। ਉੱਪਰੋਂ ਉੱਪਰੋਂ ਭਰਾ ਕਹਿੰਦੇ ਜੇ ਭਰਾ ਨੇ ਸਾਰੇ, ਤਾਂ ਫਿਰ ਕਲੈਸ਼ ਕਿਸ ਗੱਲ ਦਾ? ਨਹੀਂ ਕਲੈਸ਼ ਸਾਡਾ ਸਿੱਖ ਭਰਾਵਾਂ ਨਾਲ ਥੋੜ੍ਹਾ, ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਆ, ਜਿਹੜੇ ਪੰਜਾਬ ਦੇ ਵਿੱਚ ਅੱਗ ਲਾਉਣਾ ਚਾਹੁੰਦੇ ਆ, ਆਹ ਸਾਡਾ ਕਲੈਸ਼ ਉਹਨਾਂ ਨਾਲ, ਅਸੀਂ ਉਹਨਾਂ ਦੇ ਖਿਲਾਫ਼ ਬੋਲਦੇ ਹਾਂ ਅਤੇ ਬੋਲਦੇ ਹੀ ਰਵਾਂਗੇ। ਫਿਰ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਰਹਿਣੇ ਚਾਹੀਦੇ ਤੁਹਾਡੇ ਮਤਲਬ? ਨਹੀਂ ਹਾਦਸੇ ਮਤਲਬ ਇਹਦਾ ਮਤਲਬ ਇਹ ਕਿ ਦੇਸ਼ ਨੂੰ ਬਚਾਉਣ ਲਈ ਜੇ ਬੋਲੋਗੇ ਫਿਰ ਹਾਦਸੇ ਹੋਣਗੇ। ਹੁਣ ਜੰਮੂ ਕਸ਼ਮੀਰ ਦੇ ਵਿੱਚ ਐਡੇ ਤਕੜੇ ਹਮਲੇ ਹੋ ਰਹੇ ਆ, ਕੀ ਹੋ ਰਿਹਾ? ਕਿੰਨੇ ਫੌਜੀ ਜਵਾਨ ਸ਼ਹੀਦ ਹੋਏ ਆ, ਕੀ ਗੱਲ? ਜੇ ਆਪਾਂ ਉਹਦੇ ਅੱਤਵਾਦ ਦੇ ਖਿਲਾਫ਼, ਉਹਨਾਂ ਦੇ ਖਿਲਾਫ਼, ਜੰਮੂ ਕਸ਼ਮੀਰ ਪਾਕਿਸਤਾਨ ਦੇ ਖਿਲਾਫ਼ ਬੋਲਾਂਗੇ ਤਾਂ ਸਾਡੇ 'ਤੇ ਹਮਲੇ ਹੋਣਗੇ, ਫਿਰ ਆਪਾਂ ਗਲਤ ਹਾਂ? ਮਤਲਬ ਆਪਾਂ ਹਰ ਚੀਜ਼ ਨੂੰ ਨਾ ਮੋੜ ਕੇ ਨਾ ਦੇਖੀਏ। ਤੁਹਾਡੇ ਸ਼ਿਵ ਸੈਨਿਕ ਅੱਜ ਕੱਲ੍ਹ ਬੜਾ ਬਾਬਿਆਂ ਦਾ ਰੂਪ ਧਾਰਨ ਕਰਕੇ ਕਈ ਅਜੇ ਵੀ ਉਸੇ ਲਾਈਨ 'ਤੇ ਤੁਰੇ 'ਤੇ ਬੜਾ ਬੋਲਦੇ ਆ, ਕੀ ਨਾਂ ਲੈਣਾ ਉਹਨਾਂ ਦਾ ਚੈਨਲ 'ਤੇ? ਖੈਰ
ਪਰ ਲੱਗਦਾ ਕਿ ਪਹਿਲਾਂ ਭੜਕਾਊ ਭਾਸ਼ਣ ਦੇ ਲਿਆ, ਪਹਿਲਾਂ ਲੀਡਰ ਆਪਣੇ ਆਪ ਨੂੰ ਸ਼ੋਅ ਕਰ ਲਿਆ ਅਤੇ ਹੁਣ ਅੱਜ ਕੱਲ੍ਹ ਬੜੇ ਉਹ ਬਣੇ ਫਿਰਦੇ ਆ ਸਾਧ। ਨਹੀਂ ਦੇਖੋ ਭਗਤੀ 'ਚ ਲੀਨ ਨੇ ਸਾਡੇ ਨਿਸ਼ਾਂਤ ਸ਼ਰਮਾ ਜੀ, ਮੈਂ ਹੀ ਨਾਂ ਲਾ ਲੈਣਾ, ਬੜੇ ਵਧੀਆ ਸਾਡੇ ਲੀਡਰ ਨੇ। ਹੋ ਸਕਦਾ ਅੱਜ ਕੱਲ੍ਹ ਕੋਈ ਭੜਕਾਊ ਬਿਆਨ ਨਹੀਂ ਦਿੰਦੇ, ਪਹਿਲਾਂ ਵੀ ਨਹੀਂ ਉਹ ਦਿੰਦੇ, ਲੇਕਿਨ ਉਹਨਾਂ ਨੂੰ ਲਗਾਤਾਰ ਹਾਲੇ ਵੀ ਜੇ ਤੁਸੀਂ ਉਹਦੀ ਇੰਟਰਵਿਊ ਕਰੋਗੇ ਥੱਲੇ ਇੱਕ ਇੱਕ ਹਜ਼ਾਰ ਗਾਲ ਕੱਢੀ ਜਾ ਰਹੀ ਹੈ। ਕਿਉਂ? ਉਹ ਗਲਤ ਨਹੀਂ ਬੋਲ ਰਿਹਾ, ਨਿਸ਼ਾਂਤ ਸ਼ਰਮਾ ਜੀ ਬਹੁਤ ਸਹੀ ਬੋਲਦੇ ਨੇ ਅਤੇ ਵਧੀਆ ਭਗਤੀ ਦੇ ਵਿੱਚ ਲੀਨ ਹੋਏ ਦੇ ਨੇ। ਜਿਹੜੇ ਸ਼ੇਰ ਬਣੇ ਫਿਰਦੇ ਆ, ਕੌਣ ਸ਼ੇਰ ਜੀ? ਤੁਹਾਡਾ ਸ਼ਿਵ ਸੈਨਾ ਦਾ ਕੋਈ ਲੀਡਰ ਹੋ ਜਿਹੜਾ ਆਪਣੇ ਆਪ ਨੂੰ ਸ਼ੇਰ ਕਹਿੰਦਾ ਬਾਬਾ? ਹਾਂ ਠੀਕ ਹੈ, ਹਰ ਇੱਕ ਨੂੰ ਹੱਕ ਆ ਆਪਣੇ ਨੂੰ ਸ਼ੇਰ ਕਹਿਣਾ, ਕੁਝ ਕਹਿਣਾ ਉਹਨਾਂ ਦਾ ਹੱਕ ਵਾ, ਉਹ ਕਹੀ ਜਾਣ, ਕਿਸੇ ਨੇ ਮੰਨਣਾ ਜਾਂ ਨਹੀਂ ਮੰਨਣਾ ਉਹ ਬਾਅਦ ਦੀ ਗੱਲ। ਵੀਡੀਓ ਵੀ ਜਾ ਕੇ ਇੱਕ ਪਾਸੇ ਉਹ ਮਰੀਜ਼ ਲੰਮੇ ਪਿਆ ਦਾ ਵਾ, ਉਹ ਟਾਈਡ ਆ, ਉੱਤੋਂ ਜਾ ਕੇ ਉਹਦੇ ਲਾਗੇ ਵੀਡੀਓ ਬਣਾਉਣਾ ਕਿੰਨਾ ਕੁ ਜਾਇਜ਼ ਆ? ਦੇਖੋ ਉਹਦੇ ਵਿੱਚ ਸਾਨੂੰ ਜਿੱਥੋਂ ਤੱਕ ਪਤਾ ਲੱਗਾ ਟੰਡਨ ਜੀ ਨੇ ਉਹਨਾਂ ਨੂੰ ਡੱਕਿਆ ਵੀ ਸੀ ਉਸ ਵੀਡੀਓ 'ਚ ਕਿ ਇਹ ਕੰਮ ਨਹੀਂ ਕਰਨਾ, ਕਿਉਂਕਿ ਹਾਲਾਤ ਪੰਜਾਬ ਦੇ ਠੀਕ ਨਹੀਂ ਹੈਗੇ। ਮੈਂ ਚਾਹਾਂਗਾ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਆਪਾਂ ਗੱਲ ਕਰੀਏ ਜ਼ਮੀਨੀ ਤੌਰ 'ਤੇ, ਜ਼ਮੀਨੀ ਲੈਵਲ 'ਤੇ ਕਿ ਪੰਜਾਬ 'ਚ ਬਣ ਕੀ ਰਿਹਾ, ਪੰਜਾਬ 'ਚ ਹੋ ਕੀ ਰਿਹਾ, ਕਿਉਂ ਨਫ਼ਰਤ ਦੀ ਰਾਜਨੀਤੀ ਪੰਜਾਬ ਦੇ ਵਿੱਚ ਫੈਲਾਈ ਜਾ ਰਹੀ ਆ, ਕਿਉਂ ਪੰਜਾਬ ਦੇ ਵਿੱਚ ਦੰਗੇ ਕਰਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਆ? ਕੌਣ ਕਰਦਾ ਪਿਆ? ਬਾਹਰ ਬੈਠੀਆਂ ਏਜੰਸੀਆਂ, ਬਾਹਰ ਬੈਠੇ ਵਿਦੇਸ਼ੀ ਤਾਕਤਾਂ। ਉਹਦਾ ਹੱਲ ਇਹੋ ਹੀ ਆ ਕਿ ਸਾਨੂੰ ਉਹਨਾਂ ਦੇ ਚੰਦ ਰੁਪਈਆਂ ਦੇ ਮਗਰ ਲੱਗ ਕੇ ਇਹ ਕੰਮ ਨਹੀਂ ਕਰਨਾ ਚਾਹੀਦਾ। ਤੁਸੀਂ ਕਿਉਂ ਨਹੀਂ ਸਾਰੇ ਸੰਗਠਨ ਇਕੱਠੇ ਹੋ ਕੇ ਇੱਕ ਮੀਟਿੰਗ ਕਰਦੇ ਜਿਹਦੇ 'ਚ ਇਹ ਗੱਲ ਸਪਸ਼ਟ ਕੀਤੀ ਜਾਏ ਕਿ ਮੁੱਦੇ ਦੀ ਰਾਜਨੀਤੀ ਕੀਤੀ ਜਾਏ, ਮੁੱਦੇ 'ਤੇ ਗੱਲ ਕੀਤੀ ਜਾਵੇ, ਨਾ ਕਿ ਧਰਮ, ਜਾਤਵਾਦ, ਜਾਤ ਪਾਤ ਜਾਂ ਭੜਕਾਊ ਭਾਸ਼ਣਾਂ ਦੇ। ਦੇਖੋ ਜਿਹੜੀ ਸਾਡੀ ਪਰਸੋਂ ਲੁਧਿਆਣੇ ਮੀਟਿੰਗ ਹੋਈ ਆ, ਉਹਦੇ ਵਿੱਚ ਜਿਹੜਾ ਅਸੀਂ ਫੈਸਲੇ ਲਏ ਆ, ਇਹੋ ਹੀ ਫੈਸਲੇ ਲਏ ਆ ਕਿ ਆਪਾਂ ਆਪਣੇ ਸਮਾਜ ਦੀ ਗੱਲ ਕਰੀਏ, ਆਪਾਂ ਭਾਈਚਾਰਕ ਸਾਂਝ ਦੀ ਗੱਲ ਕਰੀਏ, ਆਪਾਂ ਕਿਸੇ ਦੇ ਗਲਤ, ਕਿਸੇ ਨੇ ਵੀ ਕਿਸੇ ਦੇ ਗਲਤ ਕੋਈ ਬਿਆਨ ਦਿੰਦਾ ਸੀ ਅਸੀਂ ਉਹਦੇ ਨਾਲ ਨਹੀਂ ਹੈਗੇ। ਦੂਸਰਾ ਜਿਹੜੀ ਅਗਲੀ ਮੀਟਿੰਗ ਆ ਉਹ 18 ਤਰੀਕ ਨੂੰ ਜਿਹੜੀ ਸਾਡੀ ਹਿੰਦੂ ਜਾਗੋ ਜਿਹੜੇ ਦਾ ਨਾਂ ਦਿੱਤਾ ਗਿਆ ਉਹ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ 18 ਤਰੀਕ। ਉਹਦੇ 'ਚ ਇਹ ਫੈਸਲੇ ਹੋ ਸਕਦੇ ਆ ਵੀ ਕੋਈ ਵੀ ਹਿੰਦੂ ਸੰਗਠਨ ਦਾ ਬੰਦਾ ਐਸਾ ਕੰਮ ਨਹੀਂ ਕਰੇਗਾ ਜਾਂ ਐਸੀ ਰਾਜਨੀਤੀ ਨਹੀਂ ਕਰੇਗਾ? ਬਿਲਕੁਲ ਹੋਣਗੇ, ਪਰ ਦੂਸਰੇ ਪੰਨੋਂ ਵੀ ਸਾਨੂੰ ਉਹ ਜਿਹੜਾ ਪ੍ਰਿਤਪਾਲ ਵਰਗੇ ਢਾਡੀ ਜੱਥੇ ਵਰਗੇ ਦੂਜੇ ਜਾਗੋ ਕੱਢਣ ਵਾਲੇ, ਇਹਨਾਂ ਤੋਂ ਇਹਨਾਂ ਨੂੰ ਨੱਥ ਕੌਣ ਪਾਊਗਾ ਕਿ ਇਹ 10 ਮਿੰਟ ਪਹਿਲਾਂ ਉੱਤੇ ਹਮਲਾ ਆਉਂਦਾ ਮੁੜ ਕੇ ਜਾਗੋ ਆ ਜਾਂਦੀ ਆ? ਇਹ ਮਤਲਬ ਕੌਣ ਲੋਕ ਨੇ? ਕਿਉਂ ਜਾਂ ਪ੍ਰੀ ਪਲੈਨ ਕੰਮ ਸੀ? ਪ੍ਰੀ ਪਲੈਨ ਸੋਚੇ ਕੋਈ ਵੀ ਚੀਜ਼ ਸੋਚਣ ਲੱਗੇ ਕੋਈ 1 ਘੰਟਾ ਲੱਗਦਾ, 2 ਘੰਟੇ, 4 ਘੰਟੇ ਬਣਾ ਲੱਗੇ, ਉਸੇ ਟਾਈਮ ਜਾਗੋ ਕੱਢਤੀ? ਮਤਲਬ ਕੁਛ ਲੋਕ ਜੇ ਸਾਡੇ 'ਚ 2-4 ਬੰਦੇ ਨੇ, 10 ਬੰਦੇ ਉੱਧਰੋਂ ਵੀ ਹੈਗੇ ਜਿਹੜਾ ਸੋਸ਼ਲ ਮੀਡੀਆ 'ਤੇ ਸਾਡੇ ਹਿੰਦੂ ਸਮਾਜ ਨੂੰ ਗਲਤ ਕਹਿ ਰਹੇ ਨੇ, ਸਾਡੀ ਦੇਵੀ ਗਲਤ ਕਹਿ ਰਹੇ ਨੇ। ਲਾਸਟ ਆਖਰੀ ਸਵਾਲ, ਜਦੋਂ ਇੱਕ ਕਿਸੇ ਸ਼ਿਵ ਸੈਨਾ ਦੇ ਕਿਸੇ ਲੀਡਰ 'ਤੇ ਐਸਾ ਅਟੈਕ ਹੋ ਜਾਂਦਾ, ਆਫਟਰ ਦੈਟ ਇਹ ਗੱਲ ਕਹੀ ਜਾਂਦੀ ਹੈ ਜੀ ਹਿੰਦੂ ਖਤਰੇ 'ਚ, ਹਿੰਦੂਆਂ 'ਤੇ ਹਮਲਾ ਹੋ ਗਿਆ ਹੋਇਆ ਤਾਂ ਇੱਕ 'ਤੇ, ਪਰ ਸਾਰੇ ਨੂੰ ਕਿਉਂ ਵਿੱਚ ਲਪੇਟਿਆ ਜਾਂਦਾ? ਨਹੀਂ ਨਹੀਂ ਨਹੀਂ, ਹਿੰਦੂ ਖਤਰੇ 'ਚ ਆ ਬਿਲਕੁਲ, ਹਿੰਦੂਆਂ 'ਤੇ ਅਟੈਕ ਹੀ ਹੋ ਰਹੇ ਆ। ਉਹ ਜਿਹੜਾ ਉੱਥੇ ਉਹ ਮਾਰਿਆ ਸੀ ਵਪਾਰੀ ਮਾਰੇ ਆ, ਵਪਾਰੀਆਂ ਦੇ ਗੋਲੀਆਂ ਵੱਜ ਰਹੀਆਂ, ਧਮਕੀਆਂ ਆ ਰਹੀਆਂ, ਫਰੋਤੀਆਂ ਦੀ ਆ ਰਹੀ ਆ, ਕੌਣ ਬੋਲ ਰਿਹਾ? ਸ਼ਿਵ ਸੈਨਾ ਹੀ ਬੋਲਦੀ ਆ, ਕੋਈ ਪਾਰਟੀ ਹੋਰ ਤਾਂ ਬੋਲੀ ਨਹੀਂ, ਨਾ ਆਮ ਆਦਮੀ ਪਾਰਟੀ ਬੋਲੀ, ਨਾ ਕਾਂਗਰਸ ਬੋਲੀ, ਨਾ ਬੀਜੇਪੀ ਬੋਲੀ, ਅਸੀਂ ਬੋਲ ਰਹੇ ਹਾਂ ਨਾ, ਅਸੀਂ ਆਪਣੇ ਸਮਾਜ ਨੂੰ ਰੀਪ੍ਰਜੈਂਟ ਕਰ ਰਹੇ ਹਾਂ, ਅਸੀਂ ਆਪਣੇ ਸਮਾਜ ਦੀ ਗੱਲ ਰੱਖਦੇ ਹਾਂ ਕਿ ਸਾਡੇ ਸਮਾਜ ਨਾਲ ਧੱਕਾ ਹੋ ਰਿਹਾ। ਹਿੰਦੂ ਕਿਸ ਨੀਅਤ ਨਾਲ ਤੁਸੀਂ ਖਤਰੇ 'ਚ ਦੇਖਦੇ ਹੋ? ਦੇਖ ਖਤਰੇ ਦੇਖੋ, ਹਮ ਦੇਖੋ, ਹੁਣ ਮੈਂ ਤੁਹਾਨੂੰ ਇੱਕ ਸਵਾਲ, ਬੋਲ ਲਓ ਜੀ ਸੰਦੀਪ ਥਾਪਰ ਗਲਤ ਸੀ ਜੀ, ਅਮਿਤ ਅਰੋੜਾ ਗਲਤ ਹੈ, ਮੈਂ ਗਲਤ ਹਾਂ ਜੀ, ਮੈਂ ਬਿਆਨ ਦਿੰਦਾ, ਜਗਦੀਸ਼ ਗਗਨੇਜਾ ਜੀ, ਰਵਿੰਦਰ ਗੋਸਾਈ, ਅਮਿਤ ਸ਼ਰਮਾ ਹਿੰਦੂ ਤਖ਼ਤ, ਚੌਥੇ ਦੁਰਗਾਦਾਸ ਗੁਪਤਾ, ਇਹਨਾਂ ਚਾਰਾਂ ਦੀ ਕੋਈ ਸਟੇਟਮੈਂਟ ਮੈਨੂੰ ਲਿਆ ਕੇ ਦਿਓ, ਕਿਹੜੀ ਭੜਕਾਊਗਾ? ਸਟੇਟਮੈਂਟ ਦੀ ਨਹੀਂ ਗੱਲ, ਸਾਰਿਆਂ ਨੂੰ ਮਾਰੀਆਂ, ਉਹਨਾਂ ਨੂੰ ਗੋਲੀਆਂ ਕਿਉਂ ਮਾਰੀਆਂ, ਉਹਨਾਂ ਨੂੰ ਕਿਉਂ ਮੌਤ ਦੇ ਘਾਟ ਉਤਾਰਿਆ? ਟਾਰਗੇਟ ਕਿਲਿੰਗ ਸੀ ਉਹ ਬੰਦੇ ਫੜ ਲਏ ਜੇ? ਨਹੀਂ ਨਹੀਂ, ਫਿਰ ਤਾਂ ਟਾਰਗੇਟ ਕਿਲਿੰਗ ਕੌਣ ਕਰਾ ਰਿਹਾ? ਵਿਦੇਸ਼ੀ ਏਜੰਸੀਆਂ ਕਰਾ ਰਹੀਆਂ ਨਾ, ਗੈਂਗਸਟਰ ਉਹਨਾਂ ਨਾਲ ਰਲੇ ਦੇ ਨੇ ਪੰਜਾਬ 'ਚ।
ਪਾਕਿਸਤਾਨ 'ਚ ਬੈਠਾ ਕਰਨਜੋਤ ਰਾਣਾ ਨਾਮਕ ਵਿਅਕਤੀ, ਇੱਕ ਰਿੰਦੇ ਵਰਗਾ ਨਾਮਕ ਵਿਅਕਤੀ ਆ, ਉਹ ਟਾਰਗੇਟ ਕਿਲਿੰਗ ਪੰਜਾਬ 'ਚ ਕਰਾ ਰਹੇ, ਕਿਉਂ ਕਰਾ ਰਹੇ? ISI ਦੇ ਇਸ਼ਾਰੇ 'ਤੇ ਕਰਾ ਰਹੇ ਆ। ਇਸੇ ਤਰ੍ਹਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਇੱਕ ਦੋ ਬੰਦੇ ਸਾਡੇ 'ਚੋਂ ਗਲਤ ਬੋਲਦੇ ਆ ਉਹਦੇ ਖਿਲਾਫ਼, ਹੁਣ ਸੁਧੀਰ ਸੂਰੀ 'ਤੇ ਜਿਹੜਾ ਹਮਲਾ ਹੋਇਆ, ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਿਆ, ਉਹਨੂੰ ਗੋਲੀਆਂ ਮਾਰੀਆਂ, ਕੀ ਗੱਲ? ਸੁਧੀਰ ਸੂਰੀ ਨੇ ਜਿਹੜੇ ਗਲਤ ਦੋ ਬਿਆਨ ਦਿੱਤੇ ਸੀ, ਮੈਂ ਮੰਨਣਾ ਉਹ ਚੀਜ਼ ਨੂੰ, ਉਹ ਬਿਆਨ ਜਿਹੜੇ ਦੋ ਦਿੱਤੇ ਸੀ, ਉਹ ਦੋਵਾਂ ਬਿਆਨਾਂ ਦੇ ਵਿੱਚੋਂ 6-6 ਮਹੀਨੇ ਸਜ਼ਾ ਕੱਟ ਕੇ ਆਇਆ, ਉਹ ਸਜ਼ਾ ਕੱਟ ਕੇ ਆਇਆ। ਹੁਣ ਇੱਕ ਅੰਮ੍ਰਿਤਸਰ ਤੋਂ ਨੇ ਕੋਈ ਪਰਮਜੀਤ ਅਕਾਲੀ ਨਿਹੰਗ ਬਾਣੇ 'ਚ ਉਹ ਕਿੱਡੇ ਗਲਤ ਬਿਆਨ ਦੇ ਰਹੇ ਕਿ ਸੋਧੇ ਇੱਦਾਂ ਲਾਵਾਂਗੇ, ਕੀ ਗੱਲ? ਆਪਾਂ ਚੂੜੀਆਂ ਥੋੜ੍ਹਾ ਪਾਈਆਂ ਸਾਰੇ, ਗੱਲ ਗਲਤ ਆ, ਜਿਹੜੀ ਗਲਤ ਆ ਉਹ ਗਲਤ ਆ। ਜਿੱਥੇ ਸਾਡਾ ਬੰਦਾ ਸੁਧੀਰ ਸੂਰੀ ਨੇ ਗਲਤ ਬਿਆਨ ਦਿੱਤੇ ਸੀ, ਉਹਦੀ ਸਜ਼ਾ ਕੋਰਟ ਨੇ ਦਿੱਤੀ, ਪੁਲਿਸ ਨੇ ਦਿੱਤੀ, 6-6 ਮਹੀਨੇ ਜੇਲ੍ਹ 'ਚ ਰਹਿ ਕੇ ਆ, ਮੁੜ ਕੇ ਆ ਕੇ ਉਹਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਜਿਹਨੇ ਗੋਲੀਆਂ ਮਾਰੀਆਂ ਉਹਦੀਆਂ ਟੀ ਸ਼ਰਟਾਂ ਵਿਕ ਰਹੀਆਂ, ਉਹਦੇ ਪੋਸਟਰ ਵੱਡੇ ਵੱਡੇ ਅੰਮ੍ਰਿਤਸਰ 'ਚ ਲਾਏ ਦੇ ਕਿ ਇਹ ਸਾਡੇ ਪੰਜਾਬ ਦੀ ਖੂਬਸੂਰਤੀ ਆ ਕਿ ਤੁਸੀਂ ਕਤਲ ਕਰੋ, ਤੁਸੀਂ ਦੰਗੇ ਭੜਕਾਓ ਅਤੇ ਤੁਸੀਂ ਮੁੜ ਕੇ ਉਹਨਾਂ ਦੀਆਂ ਫੋਟੋਆਂ ਲਾਓ। ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਹਨੀ ਮਹਾਜਨ ਨੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬੇ ਦੇ ਮੁਖੀ ਨੇ ਆਖਦੇ ਨੇ ਭੜਕਾਊ ਭਾਸ਼ਣ ਨਹੀਂ ਦੇਣੇ ਚਾਹੀਦੇ, ਨਾ ਹੀ ਕਿਸੇ 'ਤੇ ਕੋਈ ਅਟੈਕ ਹੋਣਾ ਚਾਹੀਦਾ। ਆਉਣ ਵਾਲੇ ਦਿਨਾਂ 'ਚ ਕਹਿੰਦੇ ਹਿੰਦੂ ਜਾਗੋ ਨਾਮ ਦੀ ਇੱਕ ਹੋਰ ਮੀਟਿੰਗ ਕੀਤੀ ਜਾਏਗੀ, ਜਿਸ ਵਿੱਚ ਫੈਸਲੇ ਲਏ ਜਾ ਰਹੇ ਆ ਕਿ ਕੋਈ ਵੀ ਭੜਕਾਊ ਭਾਸ਼ਣ ਨਹੀਂ ਦੇਗਾ, ਜੇ ਕੋਈ ਦੇਗਾ ਤਾਂ ਉਸ 'ਤੇ ਹਿੰਦੂ ਸੰਗਠਨ ਹੀ ਕਾਰਵਾਈ ਕਰਨਗੇ। ਦੂਸਰੇ ਪਾਸੇ ਆਖਦੇ ਨੇ ਕਿ ਵਿਦੇਸ਼ਾਂ 'ਚ ਬੈਠੀਆਂ ਏਜੰਸੀਆਂ ਜਿਹੜੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ। ਕੈਮਰਾਮੈਨ ਬੰਟੀ ਦੇ ਨਾਲ ਔਨ ਏਅਰ ਲਈ ਨਿਤਿਨ ਲੂਥਰਾ, ਗੁਰਦਾਸਪੁਰ।